ਜੋ ਘੋੜਾ 2024 ਦੇ ਵਿੱਚ ਵਿਨਰ ਬਣਿਆ ਉਹ ਸਾਡੇ ਸਾਹਮਣੇ ਆ। ਇਹ ਬਈ 7 ਵਾਰ ਚੈਂਪੀਅਨ ਬਣ ਗਿਆ, 7 ਸ਼ੋਆਂ 'ਚੋਂ ਜੇਤੂ ਹੈ। ਮੁਕਤਸਰ ਸਾਹਿਬ ਦੇ ਵਿੱਚ ਘੋੜਿਆਂ ਦੀ ਜੋ ਮੰਡੀ ਲੱਗੀ ਹੈ, ਜਾਣੀ ਇਹਨੂੰ ਮੇਲਾ ਵੀ ਕਹਿ ਲਓ ਜਾਂ ਮੰਡੀ ਕਹਿ ਲਓ, ਉਸ ਦੇ ਵਿੱਚ ਇੱਕ ਉਸ ਤੋਂ ਪਹਿਲਾਂ ਇੱਕ ਹਾਰਸ ਸ਼ੋਅ ਹੁੰਦਾ, ਪੰਜਾਬ ਹਾਰਸ ਸ਼ੋਅ, ਜਿਸ ਦੇ ਵਿੱਚ ਇਹ ਦੇਖਿਆ ਜਾਂਦਾ ਕਿ ਘੋੜੇ ਦੀ ਜਿਹੜੀ ਹੈ ਉਹ ਨਸਲ ਔਰ ਨਾਲ ਹੀ ਉਹਦੀ ਸਾਂਭ ਸੰਭਾਲ, ਉਹਦੀ ਸਕਿਨ, ਸਾਰਾ ਕੁਝ ਚੈੱਕ ਕਰਕੇ ਫਿਰ ਉਸ ਨੂੰ ਪ੍ਰਾਈਜ਼ ਦਿੱਤਾ ਜਾਂਦਾ। ਜੋ ਘੋੜਾ 2024 ਦੇ ਵਿੱਚ ਵਿਨਰ ਬਣਿਆ ਉਹ ਸਾਡੇ ਸਾਹਮਣੇ ਆ, ਔਰ ਬਾਈ ਹੋਰੀ ਵੀ ਨੇ ਜਿਨ੍ਹਾਂ ਦਾ ਇਹ ਘੋੜਾ ਹੈ, ਕਿਉਂਕਿ 2 ਦਿਨ ਪਹਿਲਾਂ ਹੀ ਚੈਂਪੀਅਨਸ਼ਿਪ ਜਿਹੜੀ ਆ ਉਹ ਸਮਾਪਤ ਹੋਈ ਔਰ ਇਸ ਘੋੜੇ ਨੂੰ ਇਸ ਵਾਰ ਦਾ 2024 ਦਾ ਖਿਤਾਬ ਮਿਲਿਆ। ਬਾਈ ਜੀ ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਬਾਈ ਜੀ, ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ। ਸਭ ਮੁਬਾਰਕਾਂ ਤੁਹਾਨੂੰ, ਮੁਬਾਰਕਾਂ। ਅੱਛਾ ਬਾਈ, ਦੱਸੋ ਬਾਈ ਘੋੜੇ ਬਾਰੇ ਦੱਸੋ ਕੁਛ। ਇਹ ਬਾਈ 7 ਵਾਰ ਚੈਂਪੀਅਨ ਬਣ ਗਿਆ, 7 ਸ਼ੋਆਂ 'ਚੋਂ ਜੇਤੂ ਹੈ। ਇਹਦਾ ਜਦੋਂ ਦਾ ਬਰਥ ਹੋਇਆ, ਜਾਣੀ ਕਿ ਪਹਿਲਾਂ ਮਿਲਕ ਤੀਥ, 2 ਦੰਦ ਅਤੇ ਹੁਣ ਘੋੜਿਆਂ 'ਚ ਵੱਡਿਆਂ 'ਚ ਜਿੱਤਦਾ ਹੀ ਹੈ, ਫਸਟ ਆਇਆ। ਇਹਦੀ ਕਿੰਨੀ ਉਮਰ ਹੋ ਗਈ ਬਾਈ? ਇਹਦੀ 4.5 ਸਾਲ। ਅੱਛਾ, 4.5 ਸਾਲਾਂ ਦਾ। ਹਾਂਜੀ ਹਾਂਜੀ। ਅਤੇ ਸ਼ੋਅ ਬਾਰੇ ਜਾਣਕਾਰੀ ਦਿਓ ਵੀ ਉਹ ਸ਼ੋਅ ਕਿਹੋ ਜਿਹਾ ਹੁੰਦਾ ਔਰ ਇਹ ਵਿਨਰ ਕਿਵੇਂ ਹੋਇਆ? ਸ਼ੋਅ ਬਾਰੇ ਦੱਸੀ ਮਾੜਾ ਜਿਹਾ। ਇਹ ਬਾਈ ਜੀ, ਇਹ ਬਰੀਡ ਕਰੈਕਟਰਿਸਟਿਕ ਦਾ ਸ਼ੋਅ ਹੁੰਦਾ। ਇਹਦੇ ਵਿੱਚ ਕਈ ਪੈਰਾਮੀਟਰ ਹੁੰਦੇ ਆ ਜਿਨ੍ਹਾਂ ਨਾਲ ਘੋੜੇ ਨੂੰ ਤੋਲਿਆ ਜਾਂਦਾ। ਉਹਦੀ ਬਿਊਟੀ ਲਾ ਲਓ, ਉਹਦੀ ਤੋਰ, ਉਹਦੀਆਂ ਲੱਤਾਂ, ਮਤਲਬ ਕਿ ਉਹਦੇ ਜੁਆਇੰਟ ਸਾਰੇ ਸਹੀ ਹੈ, ਕੀ ਉਹ ਅੱਗੇ ਬਰੀਡਿੰਗ ਦੇ ਵਿੱਚ ਵਰਤਿਆ ਜਾਣ ਯੋਗ ਹੈ, ਕੀ ਉਹਦਾ ਰੰਗ ਰੂਪ ਠੀਕ ਹੈ ਜੀ। ਉਹਦੇ ਪੇਰੈਂਟ ਲਾਈਨੇਜ ਦਾ ਵੀ ਜ਼ਿਕਰ ਆਉਂਦਾ, ਪਰ ਉਹ ਬਹੁਤ ਘੱਟ ਹੁੰਦਾ, ਜਿਹਦੇ ਵਿੱਚ ਉਹਨੂੰ ਇੰਨੀ ਤਵੱਜੋ ਨਹੀਂ ਦਿੱਤੀ ਜਾਂਦੀ। ਘੋੜਾ ਉਸ ਵਕਤ ਜੋ ਰਿੰਗ ਦੇ ਵਿੱਚ ਆਪਦੇ ਆਪ ਨੂੰ ਕਿਵੇਂ ਪ੍ਰਜੈਂਟ ਕਰ ਰਿਹਾ ਅਤੇ ਕੀ ਉਹਦੇ ਗੁਣ ਹੈ, ਉਹਨਾਂ ਨਾਲ ਉਹ ਤੋਲਿਆ ਜਾਂਦਾ। ਅਤੇ ਇਸ ਵਾਰੀ ਪੰਜਾਬ ਹਾਰਸ ਸ਼ੋਅ 2024 ਦੀ ਤੱਕੜੀ ਦੇ ਵਿੱਚ ਇਹ ਘੋੜਾ ਜੇਤੂ ਰਿਹਾ, ਮਤਲਬ 24 ਦੇ ਵਿੱਚ ਇਹ ਘੋੜਾ ਚੈਂਪੀਅਨ ਬਣ ਗਿਆ, ਅੱਗੇ ਵੀ ਬਣੂਗਾ, ਪਰ ਅੱਜ ਜੇ ਆਪਾਂ ਕਹਿ ਦਈਏ ਅੱਜ ਦੀ ਤਰੀਕ, ਇਹਦੇ ਤੋਂ ਉੱਤੇ ਕੋਈ ਨੁਕਰਾ ਘੋੜਾ ਹੈ ਨਹੀਂ ਬਾਈ। ਇਹ ਪੂਰੇ ਇੰਡੀਆ ਤੋਂ ਘੋੜੇ ਆਉਂਦੇ ਨੇ, ਵੱਖ ਵੱਖ ਸਟੇਟਾਂ ਤੋਂ ਆਉਂਦੇ ਨੇ ਇਸ ਸ਼ੋਅ ਦੇ ਵਿੱਚ? ਹਾਂਜੀ ਬਾਈ ਜੀ, ਇਹਦਾ ਨਾਮ ਪੰਜਾਬ ਹਾਰਸ ਸ਼ੋਅ ਹੈ, ਕਿਉਂਕਿ ਇਹਦੇ ਵਿੱਚ ਅਸੀਂ ਜਿਹੜੇ ਰਲ ਕੇ ਸ਼ੋਅ ਕਰਾਉਂਦੇ ਹਾਂ ਉਹ ਬਰੀਡਰ ਸਾਰੇ ਪੰਜਾਬ ਦੇ ਆ, ਠੀਕ ਹੈ। ਪਰ ਇਹਦੇ ਵਿੱਚ ਸਾਡੇ ਕੋਲ ਐਂਟਰੀਆਂ ਗੁਜਰਾਤ ਤੋਂ ਵੀ ਸੀ, ਮਹਾਰਾਸ਼ਟਰਾਂ ਤੋਂ ਸੀ, ਤਾਮਿਲਨਾਡੂ ਤੋਂ ਸੀ, ਸਾਡੇ ਕੋਲ ਹਰਿਆਣੇ ਤੋਂ ਸੀ, ਅਤੇ ਇਸ ਵਾਰੀ ਸਾਡੇ ਕੋਲ ਇੱਕ ਐਂਟਰੀ ਹੈ ਜਿਹੜੀ ਉਹ ਜੰਮੂ ਤੋਂ ਵੀ ਹੋਈ ਸੀ। ਹਾਂਜੀ, ਸੋ ਇਹ ਕਾਫੀ ਸਟੇਟਾਂ ਦੇ ਲੋਕ ਸਾਡੇ ਕੋਲ ਆਉਂਦੇ ਆ, ਮੈਂ ਭੁੱਲ ਗਿਆ, UP ਤੋਂ ਵੀ ਸਾਡੇ ਕੋਲ 3 ਜਾਨਵਰ ਐਂਟਰ ਹੋਏ ਸੀ ਐਤਕੀ। ਸੋ ਇਹ ਜਿੱਥੇ ਜਿਹੜੀਆਂ ਸਟੇਟਾਂ ਦੇ ਵਿੱਚ ਘੋੜੇ ਆ ਇਹ ਉੱਥੋਂ ਤਕਰੀਬਨ ਸਾਡੇ ਐਂਟਰੀਆਂ ਹੋਈ ਜਾਂਦੀਆਂ। ਇਹ ਨੁਕਰਿਆਂ ਦੀ ਨਸਲ ਦੇ ਵਿੱਚੋਂ ਪਹਿਲੇ ਜਾਣੀ ਕਹਿ ਲਓ ਕਿ ਵਿਨਰ ਹੈ। ਹਾਂਜੀ ਹਾਂਜੀ ਹਾਂਜੀ। ਹੋਰ ਕੀ ਖਾਸੀਅਤ ਹੈ ਨੁਕਰੇ ਬਾਰੇ ਜੇ ਜਾਣਨਾ ਹੋਵੇ ਕਿ ਨੁਕਰੇ ਘੋੜੇ ਦੇ ਵਿੱਚ ਕੀ ਖਾਸੀਅਤ ਹੈ? ਬਾਈ ਜੀ, ਜਿੱਦਾਂ ਇਹ ਘੋੜੇ ਦੀ ਗੱਲ ਕਰਾਂ ਤਾਂ ਇਹਦਾ ਹਾਈਟ, ਸਕਿਨ ਕੁਆਲਿਟੀ, ਜਿਹਨੂੰ ਆਪਾਂ ਕਹਿੰਦੇ ਸਪੋਟਲੈਸ, ਜਾਣੀ ਕਿ ਆਲ ਓਵਰ ਇਹ 'ਚ ਪਰਮਾਤਮਾ ਨੇ ਦਾਤ ਬਖਸ਼ੀ ਹੈ ਵੀ ਹਰ ਪਾਸਿਓਂ ਘੋੜਾ ਪਰਫੈਕਟ ਹੈ, ਕਿਸੇ ਪਾਸੋਂ ਕੋਈ ਕਮੀ ਨਹੀਂ। ਆਮ ਆਪਾਂ ਕਹਿ ਦਿੰਦੇ ਨਾ, ਕੋਈ ਹਿਸਟਰੀ ਵੀ ਹੈ ਬਾਈ ਨੁਕਰੇ ਦੀ? ਕੋਈ ਹਿਸਟਰੀ ਹੈ ਇਹਨਾਂ ਦੀ? ਇਹ ਰਵੀ ਜੀ, ਇਹ ਪੰਜਾਬ ਦੀ ਬਰੀਡ ਹੈ। ਇਹਨਾਂ 'ਚ ਪਹਿਲਾਂ ਕੁਛ ਇਹਨਾਂ ਦਾ ਆਮ ਤੁਸੀਂ ਦੇਖੋਗੇ ਰੰਗ ਚਿੱਟ, ਇਹਨਾਂ ਦੀ ਖਾਸੀਅਤ ਕੀ, ਇਹਨਾਂ ਦੀ ਚਮੜੀ ਗੁਲਾਬੀ ਹੁੰਦੀ ਹੈ ਅਤੇ ਵਾਲ ਚਿੱਟੇ ਹੁੰਦੇ ਆ। ਪਹਿਲਾਂ ਜਦੋਂ ਪਹਿਲੇ ਪੁਰਾਣੇ ਸਮਿਆਂ ਦੀ ਗੱਲ ਹੈ, ਇਹਨਾਂ 'ਚ ਦਾਗ ਆ ਜਾਂਦੇ ਸੀ ਘੋੜਿਆਂ 'ਚ ਵੀ, ਕਿਤੇ ਕੋਈ ਕਾਲਾ ਦਾਗ ਆ ਗਿਆ ਜਾਂ ਕੋਈ ਸਪੋਟ ਆ ਗਏ।
ਪੰਜਾਬੀਆਂ ਨੇ ਅਸੀਂ ਮਿਹਨਤ ਕੀਤੀ ਅਤੇ ਸਿਲੈਕਟਿਵ ਬਰੀਡਿੰਗ ਕਰਕੇ ਅਸੀਂ ਅੱਜ ਇਹਨਾਂ ਨੂੰ ਅਸੀਂ ਤਕਰੀਬਨ ਆਪਦੇ ਨੁਕਰੇ ਘੋੜੇ ਸਪੋਟਲੈਸ ਅਸੀਂ ਉਹਨਾਂ ਨੂੰ ਕਰਨ 'ਚ ਕਾਮਯਾਬ ਹੋਏ ਹਾਂ। ਠੀਕ ਹੈ ਜੀ, ਹੁਣ ਜੇ ਤੁਸੀਂ ਦੇਖੋਗੇ ਇਹ ਘੋੜਾ ਵਿਨਰ ਹੈ, ਉਹਦੇ 'ਚ ਇੱਕ ਬਹੁਤ ਵੱਡਾ ਕਾਰਨ ਇਹ ਹੈ ਵੀ ਤੁਹਾਨੂੰ ਇਹਦੇ ਵਿੱਚ ਇੱਕ ਵੀ ਗ੍ਰੇ ਜਾਂ ਇੱਕ ਵੀ ਬਲੈਕ ਵਾਲ ਨਹੀਂ ਮਿਲੂਗਾ, ਉਹ ਵੀ ਇੱਕ ਇਹਦੇ ਜਿੱਤ ਦਾ ਕਾਰਨ ਹੈ। ਉਹ ਬਰੀਡ ਕਰੈਕਟਰਿਸਟਿਕ ਅਸੀਂ ਮਤਲਬ ਸਿਲੈਕਟਿਵ ਬਰੀਡਿੰਗ ਕਰ ਕਰਕੇ ਅਸੀਂ ਇੰਪਰੂਵ ਕੀਤੀ ਹੈ, ਅਤੇ ਬਾਕੀ ਸਾਨੂੰ ਇਹ 'ਤੇ ਥੋੜ੍ਹਾ ਜਿਹਾ ਜ਼ਿਆਦਾ ਮਾਣ ਇਹ ਹੈ ਕਿਉਂਕਿ ਇਹ ਸਾਡੀ ਪੰਜਾਬ ਦੀ ਆਪਦੀ ਬਰੀਡ ਹੈ। ਇਹ ਬਾਈ ਜੀ ਜਿੰਨੀ ਕੁ ਹਿਸਟਰੀ ਮੈਨੂੰ ਪਤਾ ਇਹ ਉਦੋਂ ਵੀ ਪੁਰਾਣੀ ਹੈ, ਮਤਲਬ ਇਹਦਾ ਮੇਰੇ ਕੋਲ ਕੋਈ ਡੇਟਾ ਨਹੀਂ ਹੈਗਾ, ਪਰ ਜਿੰਨੀਆਂ ਕੁ ਮੈਂ ਜਿਵੇਂ ਇੱਥੋਂ ਬਜ਼ੁਰਗਾਂ ਦੀਆਂ ਗੱਲਾਂ ਸੁਣੀਆਂ, ਮੈਨੂੰ ਨਹੀਂ ਲੱਗਦਾ ਕਿਸੇ ਕੋਲ ਡਾਟਾ ਹੈਗਾ, ਬਟ ਇਹ ਘੋੜੇ ਪੰਜਾਬ ਤੋਂ ਬਿਨਾਂ ਕਿਤੇ ਨਹੀਂ ਪਾਏ ਜਾਂਦੇ, ਇਹ ਪੰਜਾਬ ਦੀ ਆਪਦੀ ਬਰੀਡ ਹੈ। ਜਿਹੜੇ ਮਾਰਵਾੜੀ ਘੋੜੇ ਅਸੀਂ ਲੈ ਕੇ ਆਉਂਦੇ ਹੈ ਉਹ ਰਾਜਸਥਾਨ ਦੇ ਮਾਰਵਾੜ ਏਰੀਏ ਦੇ ਸੀ, ਉਹ ਅਸੀਂ ਪੰਜਾਬੀਆਂ ਨੇ ਲਿਆ ਕੇ ਕਿਉਂਕਿ ਸਾਡਾ ਸ਼ੌਂਕ ਹੈ, ਸਾਨੂੰ ਮਿਹਨਤ ਕਰਨ ਨੂੰ ਕੋਈ ਪ੍ਰੋਜੈਕਟ ਚਾਹੀਦਾ, ਅਸੀਂ ਮਾਰਵਾੜੀ ਘੋੜੇ ਇੰਨੇ ਕੁ ਸੁਧਾਰ 'ਤੇ ਵੀ ਅੱਜ ਅਸੀਂ ਉਹਨਾਂ ਨੂੰ ਐਕਸਪੋਰਟ ਕਰਨ ਦਾ ਵੀ ਮਾਦਾ ਰੱਖਦੇ ਹਾਂ ਜੀ, ਅਤੇ ਦੂਜੀ ਗੱਲ ਇਹ ਵੀ ਸਾਡੇ ਕੋਲ ਇੰਨੇ ਕੁ ਤਕੜੇ ਬਾਇਰ ਹੈ, ਸਾਡੇ ਕੋਲ ਇੰਨੇ ਕੁ ਤਕੜੇ ਬਾਇਰ ਹੈ ਵੀ ਅਸੀਂ ਮੂੰਹ ਮੰਗੀ ਕੀਮਤ ਉਹਨਾਂ ਦੀ ਮੰਗ ਸਕਦੇ ਹਾਂ। ਅੱਛਾ ਬਾਈ, ਜੇ ਮੈਂ ਇਹ ਜਾਣਨਾ ਹੋਵੇ ਤੁਹਾਡੇ ਦੋਵਾਂ 'ਚ ਕੋਈ ਜਵਾਬ ਦੇ ਸਕਦਾ ਵੀ ਜਿਵੇਂ ਇਹਦਾ ਇਹਦੇ ਵਿੱਚ ਬਾਈ ਨੇ ਦੱਸਿਆ ਕੋਈ ਵੀ ਵਾਲ ਕਾਲਾ ਨਹੀਂ ਹੈਗਾ ਜਾਂ ਇਹਦੀ ਸਕਿਨ ਨੂੰ ਲੈ ਕੇ ਹੈ, ਹੈ ਨਾ, ਮਤਲਬ ਇਹ ਨੈਚੁਰਲ ਹੈ, ਇਹ ਕੁਦਰਤੀ ਹੈ, ਇਸ ਤੋਂ ਬਿਨਾਂ ਜਿਹੜਾ ਇਹਦਾ ਮਾਲਕ ਆ ਜਾਂ ਇਨਸਾਨ ਆ ਉਹਦੀ ਕੀ ਮਿਹਨਤ ਹੈ ਇਹਦੇ ਵਿੱਚ? ਉਹਦੀ ਬਾਈ ਬਹੁਤ ਮਿਹਨਤ ਆ, ਪੁੱਤਾਂ ਵਾਂਗੂ ਸਾਂਭਣਾ ਪੈਂਦਾ। ਹਾਂ, ਮਤਲਬ ਸਮਝਾਓ ਉਹਨੂੰ, ਡਿਫਾਈਨ ਕਰੋ। ਪੁੱਤਾਂ ਵਾਂਗੂ ਸਾਂਭਣਾ ਪੈਂਦਾ ਬਾਈ ਇਹਨੂੰ, ਇਹਨੇ ਖਾਣਾ ਖਾਧਾ ਜਾਂ ਨਹੀਂ ਖਾਧਾ, ਪਾਣੀ ਪੀਤਾ ਜਾਂ ਨਹੀਂ ਪੀਤਾ, ਪ੍ਰੋਪਰ ਗੌਰ ਰੱਖ ਕੇ ਉਹ ਖਾਣੇ ਦੀ ਡਾਇਟ ਦੀ ਇਹਦੀ ਖਾਸ ਟਾਈਮ ਟੇਬਲ ਵੀ ਹੁੰਦਾ? ਹਾਂਜੀ, ਆਪਦਾ ਟਾਈਮ ਟੇਬਲ ਬਣਾਇਆ। ਬਾਕੀ ਤਾਂ ਹੁਣ ਅਸੀਂ ਤਾਂ ਇੰਨੇ ਵੀ ਯਾਨੀ ਕਿ ਇਹਨਾਂ ਦੇ ਨਾਲ ਅਟੈਚ ਹੁੰਦੇ, ਸਾਨੂੰ ਤਾਂ ਪਤਾ ਲੱਗ ਜਾਂਦਾ ਵੀ ਇਹ ਪਾਣੀ ਮੰਗਦਾ ਜਾਂ ਇਹ ਖਾਣਾ ਮੰਗਦਾ, ਸਾਨੂੰ ਆਪ ਨੂੰ ਪਤਾ ਲੱਗ ਜਾਂਦਾ। ਬਾਈ ਇਹਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਨਸਲ ਦੀ ਔਰ ਖਾਸ ਤੌਰ 'ਤੇ ਜਿਵੇਂ ਇਹ ਵਿਨਰ ਬਣਿਆ, ਇਹਦੀ ਕੀਮਤ ਦੀ ਗੱਲ ਕਰੀਏ ਤਾਂ ਅੰਦਾਜ਼ਾ ਕੀ? ਇਹ ਘੋੜਾ ਨੁਗਰਿਆਂ 'ਚ ਹਾਈਐਸਟ ਰੇਟ 'ਤੇ ਵਿਕਿਆ, ਹਾਈਐਸਟ ਰੇਟ ਵੀ ਇਦੋਂ ਪਹਿਲਾਂ ਨਾ ਹੀ ਤਾਂ ਕੋਈ ਇੰਨੇ ਰੇਟ 'ਤੇ ਕੋਈ ਘੋੜਾ ਹੋਰ ਵਿਕਿਆ, ਅਤੇ ਮੈਨੂੰ ਲੱਗਦਾ ਇਦੋਂ ਬਾਅਦ ਦੀਆਂ ਗੱਲਾਂ ਤਾਂ ਬਾਅਦ 'ਚ ਹੋਣਗੀਆਂ, ਪਰ ਅੱਜ ਦੀ ਘੜੀ ਵੀ ਸਭ ਤੋਂ ਮਹਿੰਗੀ ਕੀਮਤ 'ਤੇ ਇਹ ਨੁਗਰਾ ਘੋੜਾ ਆਪਾਂ ਖਰੀਦਿਆ। ਕੀਮਤ ਤਾਂ ਕਾਹਨੂੰ ਦੱਸਣਾ, ਯਾਨੀ ਕਿ ਕਰੋੜਾਂ ਤੋਂ ਬਾਹਰ ਦੀਆਂ ਗੱਲਾਂ, ਬਾਹਰ ਦੀਆਂ ਗੱਲਾਂ। ਤਾਂ ਇਹ ਘੋੜਾ ਖਾਸ ਤੌਰ 'ਤੇ ਅਸੀਂ ਇਸ ਕਰਕੇ ਦਿਖਾ ਰਹੇ ਹਾਂ ਕਿ ਇਹ ਵਿਨਰ ਹੈ ਇਸ ਵੇਲੇ 2024 ਦਾ ਚੈਂਪੀਅਨ ਹੈ, ਜਿਵੇਂ ਵੱਖ ਵੱਖ ਗੇਮਾਂ ਹੁੰਦੀਆਂ ਹੋਣਗੀਆਂ ਉਹਦੇ ਵਿੱਚ ਇੱਕ ਇਹ ਵੀ ਹੈ ਕਿ ਇਹ ਮਾਪੇ ਹੀ ਇਸ ਤਰੀਕੇ ਨਾਲ ਜਾਂਦਾ, ਇਹਨਾਂ ਦਾ ਮਾਪਦੰਡ ਹੀ ਕੁਛ ਇਸ ਤਰ੍ਹਾਂ ਦੇ ਨਾਲ ਹੈ, ਯਾਨੀ ਤੱਕੜੀ ਕੋਈ ਇੱਦਾਂ ਦੀ ਰੱਖੀ ਹੋਈ ਹੈ ਕਿ ਕਿੰਨੀ ਪਾਰਖੂ ਨਜ਼ਰ ਹੋਊਗੀ ਕਿ ਇਹਦੇ ਵਿੱਚ ਕੀ ਕਮੀ ਹੈ, ਜੇ ਕਮੀ ਹੈ ਤਾਂ ਫਿਰ ਇਹ ਚੈਂਪੀਅਨ ਨਹੀਂ ਹੈਗਾ, ਅਤੇ ਜੇ ਕੋਈ ਵੀ ਕਮੀ ਨਹੀਂ ਹੈਗੀ ਤਾਂ ਇਹਦਾ ਮਤਲਬ ਹੈ ਕਿ ਇਹ ਚੈਂਪੀਅਨ ਹੈ। ਔਰ ਅੱਜ ਅਸੀਂ ਸੱਤ ਵਾਰ ਦਾ ਚੈਂਪੀਅਨ ਇਹ ਘੋੜਾ ਹੈਗਾ, ਅਤੇ ਬਾਈ ਹੋਰਾਂ ਨੂੰ ਸਾਡੇ ਵੱਲੋਂ ਮੁਬਾਰਕਬਾਦ ਵੀ ਹੈ, ਅਤੇ ਆਲੇ ਦੁਆਲੇ ਦੇਖੋ ਇਹ ਘੋੜੇ ਨੂੰ ਦੇਖਣ ਵਾਸਤੇ ਜਿਹੜੇ ਆ ਨੌਜਵਾਨ, ਕਿਉਂਕਿ ਵੱਖ ਵੱਖ ਏਰੀਏ ਤੋਂ ਪਹੁੰਚੇ ਹੋਏ ਨੌਜਵਾਨ ਹੈ, ਸ਼ੌਕੀਨ ਨੇ, ਖਾਸ ਤੌਰ 'ਤੇ ਇਹ ਕਹਿ ਲਓ ਕਿ ਸ਼ੌਕੀਨ ਨੇ ਘੋੜਿਆਂ ਦੇ, ਕੋਈ ਕਿਸੇ ਨੇ ਘੋੜੇ ਰੱਖੇ ਵੀ ਹੋਣਗੇ, ਕਿਸੇ ਨੂੰ ਘੋੜੇ ਦੇਖਣ ਦਾ ਸ਼ੌਂਕ ਹੈ ਜਾਂ ਇਹ ਮੇਲਾ ਦੇਖਣ ਦਾ ਸ਼ੌਂਕ ਹੈ, ਤਾਂ ਇਹ ਘੋੜੇ ਨੂੰ ਬਕਾਇਦਾ ਦੇਖਣ ਲਈ ਆਏ ਆ। ਬਾਈ ਆਪਣਾ ਪਤਾ ਦੱਸ ਦਿਓ। ਮੇਰਾ ਪਿੰਡ ਹੈਗਾ ਜੀ ਮਾਲਾ ਕਲਾਂ, ਤਹਿਸੀਲ ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ, ਹਾਂ, ਨੇੜੇ ਮੋਦਕੀ ਆ, ਮੋਦਕੀ ਤੋਂ। ਤਾਂ ਬਾਈ ਹੋਰਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਹੈ। ਮੇਲਾ ਜੇਕਰ ਤੁਸੀਂ ਆ ਸਾਡੀ ਵੀਡੀਓ ਦੇਖ ਰਹੇ ਹੋ ਅਤੇ ਮੇਲਾ ਬਹੁਤ ਖੂਬਸੂਰਤ ਹੈ, ਆ ਕੇ ਦਿਲ ਬੜਾ ਲੱਗਦਾ, ਤਾਂ ਤੁਸੀਂ ਇੱਕ ਵਾਰ ਗੇੜਾ ਇੱਥੇ ਜ਼ਰੂਰ ਮਾਰ ਕੇ ਜਾਇਓ। ਬਹੁਤ ਧੰਨਵਾਦ।